ਜਮਾਂ ਠੰਡੀ ਬਰਫ਼ ਸਬਜ਼ੀ ਹੈ ਜੀ ਇਹ, ਇਹਨਾਂ ਦਾ ਹਾਲ ਦੇਖ ਲਓ। ਇਹ ਬਾਸੀ ਹੈ ਨਾ ਕੱਲ੍ਹ ਕੀ, ਇਹ ਠੰਡੀ ਬਰਫ਼ ਮੇਂ ਲੱਗੀ ਹੋਈ ਹੈ, ਹੈਂ ਠੰਡੀ ਹੈ ਸਰ ਬਿਲਕੁਲ ਬਿਲਕੁਲ ਬਰਫ਼ ਮੇਂ। ਉਂਗਲੀ ਲਗਾ ਕੇ ਦੇਖ, ਲਗਾ ਲੇ ਉਂਗਲੀ ਲਗਾ ਲੇ ਵਿੱਚ ਮੇਂ, ਉਂਗਲੀ ਲਗਾ ਲੇ ਲਗਾ ਲੇ ਲਗਾ ਲੇ ਉਂਗਲੀ ਬੇਟਾ ਨਿਕਾਲਨੀ ਤੋ ਭਾਈ, ਉਂਗਲੀ ਲਗਾਉਣਾ ਇਸ ਮੇਂ, ਹਾਂ ਇਹ ਬਰਫ਼ ਮੇਂ ਹੈ ਨਾ, ਇਹ ਦੇਖ ਠੰਡੀ ਹੈ ਬਿਲਕੁਲ। ਦਿਖਾ ਉਸਕੋ ਜਿਸਨੇ ਡਾਲੀ ਹੈ ਜੀ, ਹੈਂ ਆਹ ਹਾਲ ਹੈ ਜੀ ਇਹਨਾਂ ਦਾ, ਆਪਣੇ ਗੋਪਾਲ ਵਾਲੇ ਪਟਿਆਲੇ ਜਿਹੜੇ ਸਵੇਰੇ ਪੂੜੀਆਂ ਦੇ ਨਾਲ ਬਰਫ਼ ਵਾਲੀ ਸਬਜ਼ੀ ਠੰਡੀ ਦੇਈ ਜਾਂਦੇ ਆ ਪੁਰਾਣੀ ਬੇਹੀ, ਕਹਿਨੂੰ ਹਾਲ ਦੇਖ ਲਓ ਇਹਨਾਂ ਦਾ। ਇਹ ਤੂੰ ਡਾਲੀ ਇਤਨੀ ਠੰਡੀ ਬਰਫ਼ ਵਾਲੀ ਸਬਜ਼ੀ ਡਾਲ ਰੱਖੀ ਆ, ਬਾਸੀ ਗੱਲ ਕੀ ਤੂੰ, ਨੀਚੇ ਸੇ ਕੈਸੀ ਆਈ ਹੈ, ਹੈਂ ਕਿਉਂ ਕੱਲ੍ਹ ਕੀ ਠੰਡੀ ਸਬਜ਼ੀ ਦੇ ਰਹੇ ਹੋ ਵੀ ਤੂੰ, ਕੱਲ੍ਹ ਕਾ ਕੈਸੀ ਇਤਨਾ ਬਰਫ਼ ਕੈਸੇ ਬਣ ਗਿਆ, ਇਹ ਗਰਮੀ ਹੈ ਯਾਰ, ਬਰਫ਼ ਕੈਸੇ ਬਣ ਗਿਆ ਇਹ ਬਤਾਓ ਮੇਰੇ ਕੋ, ਹੈਂ ਇਹ ਬਰਫ਼ ਕੈਸੇ ਬਣ ਗਿਆ, ਹੱਥ ਲਗਾ ਕੇ ਦੇਖੋ ਇਸਮੇ ਉਂਗਲੀ ਮੇਂ, ਚਮਚਾ ਲਾ ਦਿਖਾ ਇਸਕੋ, ਬੇਹੀ ਖਵਾਈ ਇਹਨੇ ਦਿਨ ਚੜ੍ਹਦੇ ਨਾਲ ਹੀ ਤੁਸੀਂ, ये निकाल के देख पता चलेगा, उंगली लगा इसमें, उंगली लगा के देख, है ना बर्फ फ्रिज से निकली हुई है ना, बर्फ तो नहीं है सर, हैं ठीक है, ठंडा ना बिल्कुल, सर्दी तो नहीं है ना, ये गर्मी है ना।